ਗੁਰਦਾਸ ਮਾਨ ਦਾ ਪੰਜਾਬੀ ਗਾਣਾ ਮੌਤ ਨਾ ਵੇਖੇ ਉਮਰ, ਇਸ਼ਕ ਨਾ ਵੇਖੇ ਜਾਤ ਉਸ ਵੇਲੇ ਖੌਫਨਾਕ ਰੂਪ ਦੇ ਵਿਚ ਸਾਹਮਣੇ ਆਇਆ ਜਦੋਂ ਇਕ ਕਲਯੋਗੀ ਮਾਂ ਨੇ ਇਸ਼ਕ ਦੇ ਵਿਚ ਕਾਮ ਵਾਸਨਾ ਦੇ ਵਿਚ ਅੰਨੀ ਹੋ ਕੇ ਆਪਣੀ 16 ਸਾਲਾ ਮੁੰਡੇ ਨੂੰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਗਲਾ ਘੁੱਟ ਕੇ ਮਾਰਨ ਤੋਂ ਬਾਅਦ ਨਹਿਰ ਦੇ ਵਿਚ ਸੁੱਟ ਦਿੱਤਾ। ਜਦੋਂ ਸਾਡੀ ਨਿਊਜ਼ ਟੀਮ ਨੂੰ ਪੁਲਿਸ ਨੇ ਟੈਕਨੀਕਲ ਥਿਉਰੀ ਦੇ ਉੱਤੇ ਚੱਲ ਕੇ ਇਸ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਤਾਂ ਸਾਡੀ ਨਿਊਜ਼ ਟੀਮ ਦੇ ਸਾਹਮਣੇ ਆਪਣੇ ਮੁੰਡੇ ਗੁਰਭੇਜ ਸਿੰਘ ਨੂੰ ਮਾਰਨ ਦੀਆਂ ਗੱਲਾਂ ਕਬੂਲਦੇ ਹੋਏ ਮ੍ਰਿਤਕ ਦੀ ਮਾਂ ਅਮਰਜੀਤ ਕੌਰ ਅਤੇ ਕਤਲ ਦੇ ਦੋਸ਼ੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਉਹ ਆਪਣੀ ਇਸ ਗਲਤੀ ਦੇ ਉੱਤੇ ਪਛਤਾ ਰਹੇ ਨੇ। ਅਮਰਜੀਤ, ਜਿਨ੍ਹਾਂ ਦਾ ਤੁਸੀਂ ਇਹ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀ? ਮੇਰਾ ਬੇਟਾ ਇਹ ਕੀਤਾ ਕਿਹਨੇ ਜੀ? ਅਸੀਂ ਕੀਤਾ ਜੀ। ਇਹੋ ਜੀ ਕੀ ਨੌਬਤ ਆ ਗਈ ਸੀ ਆਪਣੇ ਬੇਟੇ ਨੂੰ ਮਾਰਨ? ਬਾਹਰ ਅੰਦਰ ਜਾਣ ਤੋਂ ਰੋਕਦਾ ਜੀ, ਬਹੁਤ ਗਲਤੀ ਕਰ ਬੈਠੇ ਜੀ। ਰਾਤ ਦੇ 12 ਕੁ ਵਜੇ ਅੰਜਾਮ ਦਿੱਤਾ ਜੀ, 12:30 ਜੀ। ਕੀ ਕਾਰਨ ਬਣਿਆ ਇਸ ਕੰਮ ਨੂੰ ਕਰਨ ਦਾ? ਬਸ ਜਦੋਂ ਮਾਰ ਆਏ ਨੇ ਕੋਈ ਪੁੱਠੇ ਦਿਨ ਲਿਆਤੇ ਜੀ ਬਸ। ਤੁਹਾਨੂੰ ਇਹ ਘਟਨਾ ਕਰਨ ਤੋਂ ਪਹਿਲਾਂ ਉਮੀਦ ਸੀਗੀ ਵੀ ਪੁਲਿਸ ਤੁਹਾਨੂੰ ਫੜ ਲੂਗੀ ਜੇ ਇਹੋ ਜਿਹਾ ਕੰਮ ਕਰਦੇ ਹੋ ਤਾਂ? ਇਹ ਤਾਂ ਜੀ ਚੋਰੀ ਯਾਰ ਕਿੱਥੇ ਗੁੱਜੀ ਰਹਿੰਦੀ ਹੈ ਤਾਂ ਪਤਾ ਹੀ ਸੀਗਾ ਜੀ, ਵੀ ਇਹ ਤਾਂ ਪਤਾ ਤਾਂ। ਸਰ ਫਿਰ ਵੀ ਕੀ ਕਾਰਨ ਬਣਿਆ ਇਸ ਕੰਮ? ਬਸ ਜਿਹੜਾ ਕੁਛ ਮਾਰ ਆਏ ਨੇ ਕਰਤਾ ਜੀ, ਹੁਣ ਵਧੀਆ ਹੋ ਗਿਆ ਜੀ। ਜਿਹੜਾ ਕਰਮਾਂ 'ਚ ਜਵਾਕਾਂ ਦੀ ਕਿਸਮਤ ਮਾੜੀ ਸੀਗੀ ਜੀ। ਕਿਸੇ ਤਰ੍ਹਾਂ ਦਾ ਪਛਤਾਵਾ ਹੈ ਇਸ ਚੀਜ਼ ਦਾ ਕਿ ਨਹੀਂ? ਪਛਤਾਵਾ ਤਾਂ ਮਰਿਆ ਨਾਲੋਂ ਵੱਧ ਪਛਤਾਵਾ ਜੀ। 13/18 ਨੂੰ ਗੁਰਭੇਜ ਸਿੰਘ ਸਨ ਆਫ ਰੇਸ਼ਮ ਸਿੰਘ ਨਾਂ ਦਾ ਜਿਹੜਾ 16 ਸਾਲ ਉਮਰ ਸੀ ਗੁਰਭੇਜ ਸਿੰਘ ਦੀ, ਜਿਹਦੀ ਘਰ ਤੋਂ ਗਾਇਬ ਆ, ਗੁਰਦੁਆਰਾ ਸਾਹਿਬ ਗਿਆ ਮੱਥਾ ਟੇਕਣ ਪਰ ਵਾਪਸ ਨਹੀਂ ਆਇਆ। ਫਿਰ ਘਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ ਵੀ ਸ਼ਾਇਦ ਉਹ ਕਿਸੇ ਗੱਲ ਤੋਂ ਦੁਖੀ ਹੋ ਕੇ ਸੁਸਾਈਡ ਕਰ ਗਿਆ ਹੋਵੇ। ਉਹਨਾਂ ਦੀ ਡੰਗਾਈ ਨਾਲ ਤਫਤੀਸ਼ ਕੀਤੀ ਗਈ, ਉਹਨਾਂ ਦੀਆਂ ਫੋਨ ਕਾਲ ਵਗੈਰਾ ਕਢਾਈਆਂ ਗਈਆਂ ਉਹਦੇ ਪਰਿਵਾਰ ਦੀਆਂ, ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਮੁੰਡੇ ਦੀ ਮਾਤਾ ਨੇ ਅਮਰਜੀਤ ਕੌਰ ਅਤੇ ਇੱਕ ਉਸਦਾ ਜਿਹੜਾ ਜਿਹਦੇ ਨਾਲ ਉਹਦੇ ਇਲਿਸਿਟ ਰਿਲੇਸ਼ਨ ਸੀਗੇ ਕੁਲਵੰਤ ਸਿੰਘ ਨਾਂ ਦੇ ਬੰਦੇ ਨੇ, ਵੀ ਇਹੀ ਸਾਡੇ ਰਿਲੇਸ਼ਨ ਸੀਗੇ ਆਪਸ ਵਿੱਚ, ਅਤੇ ਉਹਨੂੰ ਆਪਣੇ ਰਾਹ ਦੇ ਵਿੱਚੋਂ ਹਟਾਉਣ ਵਾਸਤੇ, ਮੁੰਡਾ ਜਿਹੜਾ ਹੈਗਾ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਬਣਦਾ ਹੈਗਾ, ਉਹਨੂੰ ਹਟਾਉਣ ਵਾਸਤੇ ਇਹਨਾਂ ਨੇ 13/18 ਨੂੰ ਹੀ ਉਹਨੂੰ ਗਾਲ ਘੁੱਟ ਕੇ ਉਹਦੀ ਜਿਹੜੀ ਆ ਹੱਤਿਆ ਕਰ ਦਿੱਤੀ ਗਈ, ਅਤੇ ਲਾਸ਼ ਜਿਹੜੀ ਸੀਗੀ ਕੁਲਵੰਤ ਸਿੰਘ ਦੇ ਮੋਟਰਸਾਈਕਲ ਦੇ ਉੱਤੇ ਲੱਦ ਕੇ ਅਤੇ ਨਹਿਰ 'ਚ ਸੁੱਟ ਆਏ। ਕੁਛ ਖੁਫੀਆ ਤੌਰ 'ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਇਹਦਾ ਕੁਲਵੰਤ ਕੌਰ ਦਾ ਗੁਰਭੇਜ ਸਿੰਘ ਦਾ ਕਤਲ ਉਹਦੀ ਮਾਂ ਨੇ ਅਤੇ ਉਹਦਾ ਜਿਹੜਾ ਆਸ਼ਕ ਸੀਗਾ ਕੁਲਵੰਤ ਸਿੰਘ ਨੇ ਮਿਲ ਕੇ ਕੀਤਾ, ਜਿਹਨਾਂ ਨੂੰ ਕੱਲ੍ਹ ਉਹਨਾਂ ਨੇ ਅਰੈਸਟ ਪਾ ਕੇ ਕੋਰਟ 'ਚ ਪੇਸ਼ ਕੀਤਾ ਗਿਆ ਅੱਜ, 2 ਦਿਨ ਦਾ ਪੁਲਿਸ ਰਿਮਾਂਡ। ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ।